ਆਰਡਰ ਝੋਟੀ ਪਿਓਰ ਮੋਰਾ ਨਸਲ ਦੀ ਆ ਸਿੰਗ ਸੰਗ ਤੋਂ ਇਹ ਦੇਖ ਸਕਦੇ ਹੋ ਆਰਡਰ ਕੁਆਲਿਟੀ ਤੇ ਬੋਡੀ ਸਟਰਕਚਰ ਪਿੱਠ ਪੁੜੇ ਦੀ ਬੜੀ ਚੰਗੀ ਆ ਥਣ ਥਣ ਪੂਰੇ ਸੋਹਣੇ ਲੱਗੇ ਹੋਏ ਨੇ ਕੱਦ ਕਾਠੀ ਲੰਬਾਈ ਵੇਲ ਉਸ ਚੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਆ ਪੂਰੀ ਆਰਡਰ ਕੁਆਲਿਟੀ ਚੈੱਕ ਕਰੋ ਪੂਰੀ ਥਾਂ ਤੋਂ ਬਹੁਤ ਸੋਹਣੇ ਲੱਗੇ ਹੋਏ ਨੇ ਚੰਗੇ ਦੁੱਧ ਵਾਲੀ ਆ ਟਾਈਟ ਆਰਡਰ ਦੀ ਆ ਗੱਲਬਾਤ ਆਪਾਂ ਕਰਦੇ ਆ ਬਾਈ ਨਾਲ ਟਾਈਟ ਆ ਦੂਜੇ ਪਾਸੇ ਲੈ ਜਾ ਭਾਈ ਮੜਾ ਐ ਘਮਾ ਕੇ ਲਈ ਉਹਨਾਂ ਨੂੰ ਸਾਫ਼ ਆ ਜੂ ਦੇਖੋ ਬੂਰੀ ਚੋਸ਼ੀ ਕਾਲ ਜੀ ਨਵੇਂ ਬਲਾਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਪਹੁੰਚੇ ਤਨੌਲੇ ਦੀ ਮੰਡੀ ਤੇ 11 ਤਰੀਕ 10ਵਾਂ ਮਹੀਨਾ 2023 ਸ਼ਾਨਦਾਰ ਮੰਡੀ ਭਰੀ ਆ ਮੰਡੀ ਬਹੁਤ ਜ਼ਿਆਦਾ ਭਰੀ ਹੋਈ ਆ ਸ਼ਾਨਦਾਰ ਝੋਟੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਾਇਆ ਕਰੋ ਅੱਜ ਦਿਖਾਉਣੇ ਆ ਤੁਹਾਨੂੰ ਸ਼ਾਨਦਾਰ ਝੋਟੀਆਂ ਆ ਜੋ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਜੀ ਲੈ ਵੀ ਦੂਜਾ ਸੂਆ ਤੁਹਾਨੂੰ ਝੋਟੀ ਦਿਖਾਉਣੇ ਆ ਮਿੱਤਰ ਝੋਟੀ ਪਿਓਰ ਮੋਰਾ ਨਸਲ ਦੀ ਆ ਸਿੰਘ ਸੰਗ ਤੋਂ ਇਹ ਦੇਖ ਸਕਦੇ ਹੋ ਆਰਡਰ ਕੁਆਲਿਟੀ ਤੇ ਬੋਡੀ ਸਟਰਕਚਰ ਪਿੱਠ ਪੁੜੇ ਦੀ ਬੜੀ ਚੰਗੀ ਆ ਥਣ ਥਣ ਪੂਰੇ ਸੋਹਣੇ ਲੱਗੇ ਹੋਏ ਨੇ ਕੱਦ ਕਾਠੀ ਲੰਬਾਈ ਵੇਲ ਉਸ ਚੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਆ ਪੂਰੀ ਆਰਡਰ ਕੁਆਲਿਟੀ ਚੈੱਕ ਕਰੋ ਪੂਰੀ ਥਾਂ ਤੋਂ ਬਹੁਤ ਸੋਹਣੇ ਲੱਗੇ ਹੋਏ ਨੇ ਚੰਗੇ ਦੁੱਧ ਵਾਲੀ ਆ ਟਾਈਟ ਆਰਡਰ ਦੀ ਆ ਗੱਲਬਾਤ ਆਪਾਂ ਕਰਦੇ ਆ ਬਾਈ ਨਾਲ ਸਾਰੀ ਬੰਦ ਹੈ ਬਾਈ ਕੋਈ ਗੱਲ ਨਹੀਂ ਦੁਬਾਰੇ ਦੇ ਦੇ ਬਾਈ ਗੇੜਾ ਇਹਨੂੰ ਹੋਰ ਲੈ ਜਾਗਾ ਕੀ ਨਾਮ ਆ ਬਾਈ ਆਪਣਾ ਨਿਰਮਲ ਸਿੰਘ ਹੈ ਜੀ ਕਿੱਥੋਂ ਆਏ ਹੋ ਬਾਈ ਆਪਣਾ ਕਿਉਲ ਪਿੰਡ ਆ ਜੀ ਸਿਰਸਾ ਜ਼ਿਲ੍ਹਾ ਸਿਰਸਾ ਜ਼ਿਲ੍ਹਾ ਕਿਉਲ ਪਿੰਡ ਹਾਂਜੀ ਮੋਬਾਈਲ ਨੰਬਰ ਆਪਣਾ 94664 ਤੇ 23 ਹਰਿਆਣੇ ਚ ਪੈਂਦਾ ਹਾਂਜੀ ਠੀਕ ਹੈ ਜਿਹੜੀ ਆਪਾਂ ਝੋਟੀ ਦਿਖਾਈ ਆ ਬਾਈ ਇਹਦਾ ਕਿਹੜਾ ਸੂਆ ਹੈ ਦੂਜਾ ਸੂਆ ਜੀ ਘਰ ਦੀ ਰੱਖੀ ਹੋਈ ਆ ਘਰ ਦੀ ਰੱਖੀ ਹੋਈ ਆ ਤਾਜੀ ਸੂਈ ਹੋਈ ਆ ਤਾਜੀ ਸੂਈ ਆ ਹਫਤਾ ਹੋ ਗਿਆ ਠੀਕ ਹੈ ਬੱਚਾ ਕੀ ਹੈ ਪਿੱਛੇ ਬਾਈ ਕੱਟਾ ਹੈਗਾ ਜੀ ਬਾਈ ਮੌਕੇ ਦਾ ਦੁੱਧ ਕਿੰਨਾ ਇਸ ਟਾਈਮ ਮੌਕੇ ਤੇ 15 ਲੀਟਰ ਤਿਆਰ ਹੈ ਜੀ 15 ਤਿਆਰ ਹੈ ਕਿੰਨਾ ਕਰਜ ਦੁੱਧ 18 ਪਲੱਸ ਕਰ ਦਿਓ 20 ਦੇ ਲਗਭਗ ਹੋ ਜੂਗੇ ਠੀਕ ਹੈ 20 ਲੀਟਰ ਦੇ ਨੇੜੇ ਤੇੜੇ ਲਾ ਦੂ ਬਾਕੀ ਸੇਵਾ ਤੇ ਡਿਪੈਂਡ ਹੈ ਹਾਂਜੀ ਮੋਰਾ ਨਸਲ ਦੀ ਹੈ ਬਾਈ ਇਹ ਮੋਰਾ ਨਸਲ ਦੀ ਹੈ ਜੀ ਇਹਦੀ ਮਾਂ ਆਪਾਂ ਨਾ ਇਹ ਗੱਬਣ ਲਿਆਂਦੀ ਸੀ 5 ਮਹੀਨੇ ਸੁਖਵੀਰ ਡਾਂਡਾ ਨਹੀਂ ਲਤਾਣੀ ਵਾਲਾ ਜੀ ਹਾਂਜੀ ਹਾਂ ਉਹ ਤੋਂ ਆਈ ਹੋਈ ਹੈ ਇਹਦੀ ਮਾਂ ਠੀਕ ਹੈ ਵੀ ਚੰਗੇ ਦੁੱਧ ਵਾਲੀ ਹੈ ਚੰਗੇ ਦੁੱਧ ਵਾਲੀ ਹੈ ਦੂਜੇ ਸੂਏ ਸੂਏ ਹਾਂਜੀ ਹਾਂਜੀ ਕੀ ਰੇਟ ਕਰਤਾ ਬਾਈ ਇਹਦਾ ਇਹਦਾ 81 ਹੈ ਜੀ ਠੀਕ ਹੈ ਕੋਈ ਦੇਣ ਲੈਣ ਦੀ ਸੰਭਾਵਨਾ ਬਸ ਕੋਈ ਛੋਟ ਜਿਹਾ ਮਾਨਤਾਨ ਕਰ ਦੇਗੇ ਠੀਕ ਬੱਚਾ ਕੀ ਥੱਲੇ ਕੱਟਾ ਸੀ ਜੀ ਕੱਟਾ ਜੀ ਮਗਰ ਕੱਟਾ ਤੁਸੀਂ ਝੋਟੀ ਦੇ ਸਕਦੇ ਬਹੁਤ ਕਮਾਲ ਦੀ ਆ ਹਰਿਆਣੇ ਤੋਂ ਬਾਈ ਆਏ ਨੇ ਕਿਉਲ ਪਿੰਡ ਤੋਂ ਤਾਂ ਸ਼ਾਨਦਾਰ ਆ ਬਾਈ ਨੰਬਰ ਦੇ ਬਾਰੇ ਬੋਲ ਦੇ 94664 ਜਿੱਥੇ 23 ਠੀਕ ਆ 15 ਲੀਟਰ ਬਾਈ ਕਹਿੰਦਾ ਵੀ ਮੌਕੇ ਦਾ ਤਿਆਰ ਹੈ ਤਾਂ 20 ਦੇ ਨੇੜੇ ਤੇੜੇ ਵੀਰ ਕਹਿੰਦਾ ਵੀ ਜਾਓ ਜੋ ਵੀ ਭਰਾ ਲੈਣ ਦਾ ਇੱਛੁਕ ਹੋ ਜਾਓ ਬਾਈ ਨਾਲ ਗੱਲਬਾਤ ਜ਼ਰੂਰ ਕਰ ਲਿਓ ਚੰਗੀ ਆ ਹਰਿਆਣੇ ਦੀ ਆ ਦੇਖ ਸਕਦੇ ਹੋ ਆਰਡਰ ਕੁਆਲਿਟੀ ਥਾਂ ਸਾਈ ਬਹੁਤ ਸੋਹਣਾ ਲੱਗਿਆ ਹੋਇਆ ਕਰੋ ਚੈੱਕ ਆ ਦੂਜਾ ਸੂਆ ਤਾਜੀ ਸੂਈ ਹੋਈ ਹੈ ਬੂਰੀ ਹੈ ਮਗਰ ਬੱਚਾ ਵੀ ਬੂਰਾ ਤੁਸੀਂ ਆਰਡਰ ਕੁਆਲਿਟੀ ਦੇਖ ਸਕਦੇ ਹੋ ਟਾਈਟ ਹੈ ਦੂਜੇ ਪਾਸੇ ਲੈ ਜਾ ਭਾਈ ਮੜਾ ਐ ਘਮਾ ਕੇ ਲਈ ਉਹਨਾਂ ਨੂੰ ਸਾਫ਼ ਆ ਜੂ ਦੇਖੋ ਬੂਰੀ ਝੋਟੀ ਆ ਬਹੁਤ ਸ਼ਾਨਦਾਰ ਆ ਪਿਓਰ ਬੂਰੀ ਬੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਪਿਓਰ ਬੂਰੀ 'ਚ ਪੈਂਦੀ ਆ ਬਾਕੀ ਬੱਚਾ ਵੀ ਮਗਰ ਬੂਰਾ ਗਾ ਮੱਥੇ 'ਤੇ ਫੁੱਲ ਹੈ ਲੱਤਾਂ ਪੂ ਸਾਰਾ ਕੁਝ ਦੇਖ ਸਕਦੇ ਹੋ ਆਰਡਰ ਕੁਆਲਿਟੀ ਚੰਗੀ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲੈਂਦੇ ਹਾਂ ਗੱਲਬਾਤ ਕਰਦੇ ਹਾਂ ਪਹਿਲਾਂ ਚੈੱਕ ਕਰੋ ਆ ਜਾ ਵੀਰੇ ਆਪਣੇ ਉਪਰੀ ਕੀ ਨਾਮ ਆ ਭਰਾ ਆਪਣਾ ਕੀ ਆਪਣਾ ਸਤੀਸ਼ ਕੁਮਾਰ ਕਿੱਥੋਂ ਆਏ ਹੋ ਬਾਈ ਸਸੀ ਬ੍ਰਾਹਮਣਾ ਤੋਂ ਪਟਿਆਲੇ ਜ਼ਿਲ੍ਹੇ 'ਚ ਪੈਂਦਾ ਜੀ ਆਪਣਾ ਪਿੰਡ ਪਟਿਆਲੇ ਜ਼ਿਲ੍ਹੇ 'ਚ ਹਾਂਜੀ ਮੋਬਾਈਲ ਨੰਬਰ ਬੋਲਿਓ ਬਾਈ 9965922999 ਆਪਣਾ ਮੋਬਾਈਲ ਨੰਬਰ ਹੈ ਜੀ ਵੀਰੇ ਜਿਹੜੀ ਆਪਾਂ ਝੋਟੀ ਦਿਖਾਈ ਆ ਹਾਂਜੀ ਇਹਦਾ ਕਿਹੜਾ ਸੂਆ ਵੀਰੇ ਇਹ ਦੂਜੇ ਸੂਏ ਸੂਈ ਹੋਈ ਹੈ ਇਹ ਘਰ ਦੀ ਹੈ ਜਾਂ ਖਰੀਦੀ ਹੋਈ ਆ ਇਹ ਆਪਣੀ ਘਰ ਦੀ ਹੈ ਜੀ ਠੀਕ ਹੈ ਹਾਂਜੀ ਇਹਨੇ ਬਾਈ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਸੀ ਵੀਰ ਜੀ ਇਹਨੇ ਪਹਿਲੇ ਸੂਏ ਦਿੱਤਾ ਸੀ 14 14.5 ਕਿਲੋ ਹੁਣ ਹੈਗਾ ਇਹ 8-9 ਦਿਨ ਦੀ ਸੂਈ ਹੋਈ ਹੈ ਇਹਦੇ ਦੁੱਧ ਹੈਗਾ ਹੁਣ 16 16.5 ਕਿਲੋ ਤਿਆਰ ਹੈ 8 ਦਿਨਾਂ ਦੀ ਸੂਈ ਥੱਲੇ 16 16.5 ਕਿਲੋ ਮੰਨ ਕੇ ਚੱਲੀ ਬੱਚਾ ਕੀ ਹੈ ਮਗਰ ਬੱਚਾ ਵੀਰੇ ਕੱਟਾ ਹੈ ਕੱਟਾ ਬੂਰੇ ਰੰਗ ਦੀ ਨੀਲੀ ਰਾਵੀ ਜਾਂਦੀ ਹੈ ਬੂਰੀ ਨੀਲੀ ਰਾਵੀ ਬੂਰੀ ਨੀਲੀ ਰਾਵੀ ਚ ਕੀ ਰੇਟ ਕਰਤਾ ਬਾਈ ਇਹਦਾ ਇਹਦਾ ਰੇਟ ਕਰ ਰਹੇ ਆ ਜੀ 1,20,000 ਬਾਕੀ ਮੌਕੇ ਤੇ ਮਾਨਤਾਨ ਹੋ ਜੂ ਕਾ ਹਾਂਜੀ ਹਾਂਜੀ ਨਾ ਨਾ ਮਾਨਤਾਨ ਕਰਾਂਗੇ ਠੀਕ ਹੈ ਲੈ ਵੀ 1,20,000 ਮਾਨ ਰੇਟ ਕਰਿਆ ਬਾਈਆਂ ਨੇ ਪਟਿਆਲੇ ਕੋਲੋਂ ਆਏ ਨੇ ਨੰਬਰ ਬੋਲਤਾ ਨੀਲ ਬੂਰੀ ਨੀਲੀ ਰਾਵੀ ਲੈ ਵੀ ਮਿੱਤਰ 8 ਦਿਨਾਂ ਦੀ ਸੂਈ ਥੱਲੇ ਬਾਈ ਕਹਿੰਦਾ ਵੀ ਚੰਗਾ ਬੂਰੀ ਨੀਲੀ ਰਾਵੀ ਚ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਝੋਟੀ ਆ ਜੋ ਵੀ ਭਰਾ ਲੈਣ ਦਾ ਇੱਛੁਕ ਹੋਵੇ ਬਾਈਆਂ ਨਾਲ ਗੱਲਬਾਤ ਜ਼ਰੂਰ ਕਰ ਕੱਦ ਵਿੱਢ ਪਿੱਠ ਪੁੜੇ ਦੀ ਚੰਗੀ ਆ ਚੁੱਕ
करो चेक। ले भी दूजा सूआ बई कहिंदा झोटी आ, इह ताजी सूई हुई आ, चार पंज दिनां दी सूई हुई है, 12 किलो दुध मौके दा तैयार है, ते 15 किलो बई कहिंदा भी देऊगी सनक्खी बहुत आ, सिंगां सुंगां दी पिट्ठ पुड़े दी थणा थुणा दी पूरी ओके है। डिटेल आपां दुबारे लैंदे आ बई तों, थोड़ी जी मिस्टेक हो गई सी ताजी आ गलबात ਵੀਰੇ ਦੁਬਾਰੇ ਗੱਲਬਾਤ ਕਰ। ਹਾਂ ਆਪਾਂ ਦੁਬਾਰੇ ਬਣਾਉਣਾ। ਕੀ ਨਾਮ ਆਪਣਾ ਬਾਈ? ਬੂਟਾ ਸਿੰਘ ਜੀ। ਮੋਬਾਈਲ ਨੰਬਰ ਆਪਣਾ 9767 7882। ਕਿੱਥੋਂ ਆਏ ਹੋ ਬਾਈ? ਕੋਠਾ ਗੁਰੂ ਪਿੰਡ ਆ ਵੀਰੇ। ਠੀਕ ਹੈ। ਜਿਹੜੀ ਝੋਟੀ ਦਿਖਾਈ ਹੈ ਦੂਜਾ ਸੂਆ ਬਾਈ? ਦੂਜਾ ਸੂਆ। ਮੌਕੇ ਦਾ ਦੁੱਧ ਕਿੰਨੇ ਦਾ? ਹਾਂਜੀ ਮੌਕੇ ਦਾ ਦੁੱਧ ਅੱਜ ਪੰਜ ਮਾਂ ਦੇਣਾ, 12 ਲੀਟਰ ਦੁੱਧ ਆਈ ਜਿਹੜਾ ਮੈਂ ਲੈਣਾ। ਠੀਕ ਹੈ 15 ਕਿਲੋ ਦੇ ਦੂੰ। ਰਾਮਦਾਰੀ ਨੇ ਦੇ ਦੂੰ ਵੀਰੇ ਯਾਰ, ਗਾਂ ਸੇਵਾ ਤੇ ਡਿਪੈਂਡ ਕਰਦਾ। ਬੱਚਾ ਕੀ ਹੈ ਬਾਈ? ਮਗਰ ਬੱਚਾ ਕੱਟੀ ਹੈ ਵੀਰੇ। ਆ ਬਾਈ ਲੈਣ ਵਾਲੇ ਆ? ਹਾਂਜੀ ਹਾਂਜੀ। ਕਿੱਥੋਂ ਆਏ ਹੋ ਬਾਈ ਤੁਸੀਂ? ਕਿੱਥੋਂ ਆਏ ਨੇ ਬਾਈ? ਜਮਨਾ ਨਗਰ। ਆਹ ਬਾਈ ਲੈਣ ਵਾਲੇ ਨੇ। ਕਿਵੇਂ ਲੱਗੀ ਝੋਟੀ ਬਾਈ ਤੁਹਾਨੂੰ? ਠੀਕ ਆ ਬਾਈ, ਤਾਂ ਦੇ ਦੂ ਬਾਈ ਤਾਂ ਕੀ ਕਹਿੰਦਾ? ਦੇਖ ਸਕਦੇ ਹੋ ਜਮਨਾ ਨਗਰ ਤੋਂ ਲੈਣ ਆਏ ਨੇ ਬਾਈ, 61 ਬਾਈ ਨੇ ਮੁੱਲ ਕਰਿਆ ਝੋਟੀ, ਸ਼ਾਨਦਾਰ ਹੈ ਬਾਈ ਕਹਿੰਦਾ ਵੀ ਚੱਲ ਦੇ ਦਾਂਗੇ ਆਪਾਂ ਸਨੱਖੀ ਆ ਝੋਟੀ। ਜੋ ਵੀ ਭਰਾ ਲੈਣ ਦਾ ਚੁੱਕੋ ਬਾਈ ਨਾਲ ਗੱਲਬਾਤ ਜ਼ਰੂਰ ਕਰ ਲਿਓ, ਸਨੱਖੀ ਆ। ਲੈ ਵੀ ਮਿੱਤਰੋ ਦੂਜੇ ਸੂਏ ਤੁਹਾਨੂੰ ਝੋਟੀ ਦਿਖਾਉਂਦੇ ਹਾਂ, ਥੱਲੋਂ ਬਣੀ ਬਹੁਤ ਸੋਹਣੀ ਹੋਈ ਹੈ, ਚੀਮਿਆਂ ਤੋਂ ਵੀਰ ਆਏ ਨੇ, ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ, ਪਿੱਠ ਪੁੜੇ ਦੀ ਸਾਰੀ ਗੱਲਬਾਤ ਡਿਟੇਲ ਆਪਾਂ ਵੀਰ ਤੋਂ ਲਵਾਂਗੇ। ਪਹਿਲਾਂ ਤੁਸੀਂ ਚੈੱਕ ਕਰ ਲਓ ਝੋਟੀ ਨੂੰ, ਦੇਖੋ ਸਿੰਗਾ ਸੁੰਗ ਬਹੁਤ ਸੋਹਣੇ ਲੱਗੇ ਹੋਏ ਨੇ, ਪਾਤਲੀ ਚਾਮੜੀ ਆ, ਪਿੱਠ ਪੁੜੇ ਦੀ ਉੱਚੀ ਆਰਡਰ ਕੁਆਲਿਟੀ ਸ਼ਾਨਦਾਰ ਬਣੀ ਹੋਈ ਆ, ਥੱਲੋਂ ਕਰੋ ਚੈੱਕ, ਥਣ ਥੋੜ੍ਹੇ ਜਿਹੇ ਕਰਦੀ ਆ ਇਕੱਠੇ, ਪਰ ਝੋਟੀ ਕਿਆ ਬਾਤ ਆ, ਤਾਜ਼ੀ ਸੂਈ ਹੋਈ। ਬਾਈ ਕਹਿੰਦਾ ਵੀ ਦੂਜਾ ਸੂਆ ਸੂਈ ਆ, ਵਪਾਰ ਕਰਦੇ ਨੇ, ਸਾਰੀ ਗੱਲਬਾਤ ਡਿਟੇਲ ਆਪਾਂ ਲਵਾਂਗੇ। ਬੰਦੇ ਵੀਰੇ ਦੇਖੋ ਕਰੋ ਚੈੱਕ, ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਇਆ, ਡਿਟੇਲ ਸਾਰੀ ਤੁਹਾਨੂੰ ਲੈ ਕੇ ਦੇਵਾਂਗੇ, ਚੈੱਕ ਕਰ ਲਓ ਝੋਟੀ ਨੂੰ, ਦੇਖੋ ਸ਼ਾਨਦਾਰ ਆ, ਪਿੱਠ ਪੁੜੇ ਦੀ ਚੰਗੀ ਆ, ਬਾਕੀ ਦੇਖਦੇ ਬਾਈ ਕੀ ਰੇਟ ਕਰਦਾ, ਕਿੰਨਾ ਦੁੱਧ ਦੱਸੋ, ਤਾਜ਼ੀ ਸੂਈ ਹੋਈ ਆ ਬਾਈ। ਆਪਣਾ ਪ੍ਰਭਜੀਤ ਸਿੰਘ ਹੈ ਜੀ। ਕਿੱਥੋਂ ਆਏ ਹੋ ਬਾਈ? ਪਿੰਡ ਚੀਮਾ ਜੀ, ਭੀਖੀ ਦੇ ਕੋਲ। ਮੋਬਾਈਲ ਨੰਬਰ ਆਪਣਾ? 9853576117 ਜੀ। ਜਿਹੜੀ ਝੋਟੀ ਦਿਖਾਈ ਆ ਬਾਈ, ਇਹਦਾ ਸੂਆ ਕਿਹੜਾ? ਦੁੱਧ ਬਾਈ ਮੌਕੇ ਦਾ ਕਿੰਨਾ? ਮੌਕੇ ਦਾ 15.5-16 ਕਿਲੋ ਦੁੱਧ ਤਿਆਰ ਆ ਜੀ ਇਸ ਵਕਤ। ਚੋਣ ਦਾ? ਚੋਣ ਵਾਲਾ ਜੀ। ਕਿੰਨਾ ਦੁੱਧ? ਬੱਚੇ ਵਾਲਾ ਵਿੱਚ ਹੀ ਚੋਣ ਵਾਲਾ ਜੀ। 15 ਕਿਲੋ? ਹਾਂਜੀ 15.5-16। 15.5 ਕੀ ਰੇਟ ਕਰਤਾ ਬਾਈ ਇਹਦਾ? ਇਹਦਾ ਮੁੱਲ ਕਰਦੇ ਜੀ 1,55,000। 1,55,000 ਕੋਈ ਦੇਣ ਲੈਣ ਦੀ ਸੰਭਾਵਨਾ? 1,40,000 ਦੇ ਦਾਂਗੇ। ਠੀਕ ਹੈ। ਦੁੱਧ ਕਿੰਨਾ ਕਰ ਜੂਗਾ ਇਹਦਾ ਪੂਰਾ ਬਾਈ? ਦੁੱਧ 16-17 ਫੱਦ ਦੇਊਗੀ, ਯਾਨੀ ਕਿ 1.5-2 ਲੀਟਰ ਵਧੂਗੀ। ਝੋਟੀ ਚੰਗੀ ਆ, ਦੂਜੇ ਸੂਏ ਸੂਈ ਹੋਈ ਆ ਬਾਈ। ਨੰਬਰ ਦੁਬਾਰੇ ਬੋਲ। 9853576117 ਜੀ। ਠੀਕ ਆ। ਚੰਗੀ ਝੋਟੀ ਚੀਮੇ ਤੋਂ ਬਾਈ, ਦੁੱਧ ਦੇ ਦੂ ਲੈ ਵੀ ਮਿੱਤਰੋ ਤੁਹਾਨੂੰ ਦਿਖਾਉਂਦੇ ਹਾਂ ਝੋਟੀ ਟੌਪ ਨਗੀਨਾ, ਸ਼ਾਨਦਾਰ ਹੈ, ਸਿੰਗੀ ਸੁੰਗੀ ਦੇਖੋ ਬਹੁਤ ਸ਼ਾਨਦਾਰ ਲੱਗੀ ਹੋਈ ਆ, ਪਿੱਠ ਪੁੜੇ ਦੀ ਪਾਦਲੀ ਚਾਮੜੀ ਬਾਈ ਨਗੀਨੀ ਲੈ ਕੇ ਆਉਂਦੇ ਨੇ, ਅਤੇ ਸੇਲ ਪਰਚੇਜ ਦਾ ਕੰਮ ਵੀ ਕਰਦੇ ਨੇ ਅਤੇ ਦਲਾਲੀ ਦਾ ਕੰਮ ਵੀ ਕਰਦੇ ਆ। ਥਾਂ ਥਾਂ ਦੇਖੋ ਕਿੰਨਾ ਚੰਗਾ ਲੱਗਿਆ ਹੋਇਆ, ਮੁੱਠੀ ਵਾਲਾ ਥਾਣਾ ਹੈ। ਝੋਟੀ ਤੁਸੀਂ ਤੁਰਦੀ ਦੇਖ ਸਕਦੇ ਹੋ, ਖੜ੍ਹੀ ਦੇਖ ਸਕਦੇ ਹੋ, ਪੂਰਾ ਟੌਪ ਨਗੀਨਿਆਂ ਦੇ ਵਿੱਚ ਆਉਂਦੀ ਆ ਝੋਟੀ। ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ, ਤਾਜ਼ੀ ਸੂਈ ਹੋਈ ਹੈ, ਦੇਖੋ ਤੁਰਦੀ ਨੂੰ ਦੇਖੋ ਤੁਸੀਂ। ਬਾਕੀ ਆਰਡਰ ਕੁਆਲਿਟੀ ਚੰਗੀ ਹੈ, ਚੰਗੇ ਦੁੱਧ ਵਾਲੀ ਝੋਟੀ ਹੈ, ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਬਣਾ ਰੱਖਿਆ, ਕਿਉਂਕਿ ਜਿਹੜੀ ਝੋਟੀ ਦਾ ਆਰਡਰ ਟਾਈਟ ਹੁੰਦਾ ਉਹਨੇ ਲਾਜ਼ਮੀ ਦੁੱਧ ਦੇਣ ਹੀ ਦੇਣਾ ਹੁੰਦਾ। ਬਾਕੀ ਥਾਂ ਤੁਹਾਨੂੰ ਦੇਖੋ ਨਾ। ਕੀ ਨਾਮ ਆ ਬਾਈ ਆਪਣਾ? ਮੇਰਾ ਨਾਂ ਜੈਕੀ ਬਾਈ। ਕਿੱਥੋਂ ਆਏ ਹੋ ਬਾਈ? ਸੇਖਾ ਖੁਰਦ ਪਿੰਡ। ਮੋਬਾਈਲ ਨੰਬਰ ਬਾਈ ਆਪਣਾ? 9876244090। ਜਿਹੜੀ ਝੋਟੀ ਦਿਖਾਈ ਆ ਬਾਈ, ਕਿਹੜਾ ਸੂਏ ਦਾ? ਇਹ ਦੂਜੇ ਸੂਏ ਬਾਈ। ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ? ਇਹਨੂੰ ਹੋ ਗਏ ਬਾਈ 7-8 ਦਿਨ ਸੂਏ। ਬੱਚਾ ਕੀ ਆ ਮਗਰ? ਮਗਰ ਕੱਟੀ ਆ ਬਾਈ। ਦੁੱਧ ਕਿੰਨਾ ਬਾਈ ਮੌਕੇ ਦਾ? ਕਹਿਣ ਵਾਲਾ ਨਹੀਂ ਬਾਈ, ਚੋਣ ਵਾਲਾ 14 ਕਿਲੋ। ਚੋਣ ਵਾਲਾ 14 ਕਿਲੋ? ਬੱਚੇ ਨੂੰ ਛੱਡ ਕੇ। ਕਿੰਨਾ ਕਰਜੂ ਬਾਈ ਦੁੱਧ ਇਹ? 1500 ਦੇ ਦੇਊਗੀ। 15+ ਦੇ ਦੂ ਯਾਰ, ਕਿੰਨਾ ਦੇ ਦੇ? ਠੀਕ ਹੈ ਵੀ 15+। ਬਾਕੀ ਬੰਦੇ ਦੀ ਸੇਵਾ ਤੇ, ਜਿਹਨੇ ਸੇਵਾ ਕਰੂਗਾ। ਉਹ ਝੋਟੀ ਦੁੱਧ ਵਾਲੀ ਆ? ਹਾਂ, ਉਹਨਾਂ ਟਾਇਟ ਆਰਡਰ ਦੀ ਹੈ। ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ, ਚਬਾਈ ਚਬੂਈ ਦੀ ਕਿਵੇਂ ਆ ਬਾਈ? ਬਾਈ 1 ਨੰਬਰ ਹੈ। ਠੀਕ ਹੈ। ਮੋਗੇ ਵਰਗਾ ਚੋਣਾ, ਸੈਕਰੇਟਰ ਵਰਗਾ ਚੋਣਾ।
ਠੀਕ ਹੈ ਘਰੇ ਰੱਖਣ ਖਾਤਰ ਚੰਗੀ ਹੈ ਬਰੀਡ ਖਾਤਰ ਵੀ ਚੰਗੀ ਰਹੂ ਜਿਹੜਾ ਬੰਦਾ ਘਰੇ ਰੱਖਣ ਨੂੰ ਚਾਹਣਾ ਹੈ ਇਹ ਜਿਹਾ ਥਾਂ ਨਹੀਂ ਲੱਗਦਾ ਸਹੀ ਗੱਲ ਹੈ ਬਾਕੀ ਲੇਵਾ ਵੇਖ ਲਓ ਤੁਸੀਂ झोटी का मुल की करता डेढ़ करी ठीक है एक लख पंजा हजार देन लैन का एक भी दे देंगे एक भी दे देंगे तां भाई कहंदे कोई भैण भरा को घर रखण को होर भी मान तान कर रहे ठीक है हां जी तां जे कोई भरा कहना घरे रखण खातर आऊ तां मान तान होर भी कर दंगे नहीं एक भी दी झोटी दे दंगे झोटी चंगी है दूजे सूए भाई कहंदा भी 15 तो प्लस दुध करूगी बाकी सेवा ते डिपेंड है सूई नु 8-9 दिन ही होए ने भाई कहंदा तुसीं देख सकदे हो कमाल दी झोटी है बच्चा भी सनखा पिछे सो जो भी भरा लैण दा इच्छुक होवे भाई नाल गलबात जरूर कर लियो बाकी आप भरा मंडियां ते आउंदे ने दलाली का काम करते हैं जो भी भरा किसी ने कोई चंगा जानवर लेना होंगे वह भरा आके गलबात होर कुछ कहना चाहेगा बी बस भाई जी यही है चंगा डंगर लो चंगी ब्रीड रखो बी सोनू चीज़ की परख होंगी है हाँ भाई साढ़े प्यो दादे तो काम कर रहे तीजी पीढ़ी ठीक है जिम्मे हूँ कई बार भी जो नवा बंदा आता धोखे च आ जाए क्योंकि मंडी से हरेक तरह का माल आ बंद का काम यह होगा जी मैं दवाई दलाली पाई तो बस ठीक है भी पूरी परख के तुम चीज दबाने अगले डैडी को 25 साल हो गए बंदे पटाले के बंदे ठीक है ਬਈ ਜੀ ਸਾਲ ਜਿਹੜਾ ਇਮਾਨਦਾਰੀ ਨਾਲ ਕੰਮ ਕਰਾਂਗੇ ਬਈ ਦੇਖੋ ਉਹੀ ਲੰਬਾ ਜਨ ਨਹੀਂ ਬੰਦਾ ਕੱਟਦਾ ਜੀ ਸਹੀ ਗੱਲ ਜਿਹੜਾ ਫਰਾਡ ਆ ਨਾ 25 ਦਿਨ ਨਹੀਂ ਕੱਟਦਾ ਬਈ ਉਹੀ ਗੱਲ ਆ ਵੀ ਜਿਹੜਾ ਇਮਾਨਦਾਰੀ ਨਾਲ ਚੱਲੂ ਉਹੀ ਲੰਬਾ ਟਾਈਮ ਚੱਲੂ ਹਨਾ ਦੂਜਾ ਬਾਹਲਾ ਦਿਨ ਨਹੀਂ ਇਮਾਨਦਾਰੀ ਦੀ ਮਿਸਾਲ ਤਾਂ ਲੰਮੂ ਹੀ ਚੱਲਦੀ ਬਈ ਹਾਂ ਨੰਬਰ ਬੋਲ ਦੇ ਬਈ ਦੁਬਾਰਾ 9726244400 ਠੀਕ ਹੈ ਜੀ ਠੀਕ ਹੈ ਬਈ ਦੇਖੀ ਬਈ ਰਬੜੇ ਲਾਈਵ ਮਿੱਤਰੋ ਤੁਹਾਨੂੰ ਝੋਟੀ ਦਿਖਾਉਣਾ ਉਹ ਤੁਸੀਂ ਝੋਟੀ ਦੇਖੋ ਝੋਟੀ ਬਹੁਤ ਸ਼ਕੀਨ ਆ ਸਾਂਦਾਰਾ ਸਿੰਘਾ ਸੁੰਗਾਂ ਦੀ ਪਿੱਠ ਪੁੜੇ ਦੀ ਪਿਓਰ ਮੋਰਾ ਨਸਲ ਦੀ ਪੈਂਦੀ ਆ ਹਜੇ ਸੂਣ ਵਾਲੀ ਹੈ ਕੱਚੀ ਆ ਤੁਸੀਂ ਦੇਖ ਸਕਦੇ ਹੋ ਡਿਟੇਲ ਸਾਰੀ ਵੀਰ ਤੋਂ ਲਵਾਂਗੇ ਪਰ ਜੇ ਕੱਦ ਕਾਠੀ ਦੀ ਆਪਾਂ ਗੱਲ ਕਰੀਏ ਸਿੰਘਾਂ ਦੀ ਮੂੰਹ ਮੱਥੇ ਦੀ ਸੋਹਣੀ ਪੱਖੋਂ ਗੱਲ ਕਰੀਏ ਤਾਂ ਝੋਟੀ ਬਹੁਤ ਸੁਨੱਖੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਜਮਾ ਐਨ ਪਿਓਰ ਮੋਰਾ ਨਸਲ ਦੇ ਵਿੱਚ ਪੈਂਦੀ ਆ ਪਿੱਠ ਪੁੜੇ ਵੱਲੋਂ ਚਮੜੀ ਪਤਲੀ ਹੈ ਥਾਂ ਤੁਹਾਨੂੰ ਚੰਗੇ ਲੱਗੇ ਹੋਏ ਨੇ ਹੋ ਸਕਦਾ ਵੀ ਝੋਟੀ ਨੇ ਭਲੂਣੀ ਸੋਹਣਾ ਹੋਵੇ ਕਿਉਂਕਿ ਕੱਦ ਕਾਠੀ ਬਹੁਤ ਚੰਗੀ ਲੱਗੀ ਹੋਈ ਆ ਝੋਟੀ ਦੇ ਬਾਕੀ ਸਾਰੀ ਡਿਟੇਲ ਵੀਰ ਤੋਂ ਲੈਂਦੇ ਹਾਂ ਦੇਖੋ ਮੋੜ ਲਿਆ ਝੋਟੀ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਬਾਅਦ 'ਚ ਡਿਟੇਲ ਲਵਾਂਗੇ ਆਪਾਂ ਦੇਖੋ ਦੇਖੋ ਤੁਸੀਂ ਝੋਟੀ ਦੇਖੋ ਚੰਗੇ ਦੁੱਧ ਵਾਲੀ ਆ ਬਾਈ ਕਹਿੰਦੇ ਵੀ ਖੁੱਲ੍ਹਾ ਦੁੱਧ ਦੇਊਗੀ ਬਾਕੀ ਐਂ ਹੋ ਸਕਦਾ ਵੀ ਪਹਿਲੇ ਸੂਏ ਸੂਣਾ ਹੋਵੇ ਡਿਟੇਲ ਲੈਂਦੇ ਪਰ ਦੇਖਣ ਨੂੰ ਥਣਾਂ ਦੇ ਹਿਸਾਬ ਨਾਲ ਲੱਗ ਰਿਹਾ ਝੋਟੀ ਦਾ ਕੱਦ ਦੇਖੋ ਸਾਰੀਆਂ ਝੋਟੀਆਂ ਨਾਲੋਂ ਤੁਹਾਨੂੰ ਉੱਤੋਂ ਦੀ ਟਾਪ ਦੀ ਝੋਟੀ ਨਜ਼ਰ ਆਊਗੀ ਸ਼ਾਨਦਾਰ ਆ ਸੁਨੱਖੀ ਆ ਗੱਲਬਾਤ ਕਰਦੇ ਹਾਂ ਤੁਸੀਂ ਦੱਸੋਗੇ ਕੀ ਨਾਮ ਹੈ ਜੀ ਆਪਣਾ झोटी चंगी बाकी ਕੱਦ ਵੀ 5 ਫੁੱਟ 2 ਇੰਚ ਕੱਦ ਆ ਤੁਸੀਂ ਦੇਖ ਸਕਦੇ ਹੋ ਚੰਗੀ ਆ ਪਹਿਲੇ ਸੂਈ ਸੂਈ ਆ ਪਹਿਲੇ ਸੂਏ ਦੀ ਅੰਡਰ ਕੁਆਲਿਟੀ ਚੰਗੀ ਬਣਾ ਰੱਖੀ ਹੈ ਤਾਜ਼ੀ ਆ ਸਾਰੀ ਡਿਟੇਲ ਆਪਾਂ ਇਹਦੀ ਵੀ ਲਵਾਂਗੇ ਗੱਲਬਾਤ ਕਰਾਂਗੇ ਪਰ ਤੁਸੀਂ ਝੋਟੀ ਨੂੰ ਦੇਖੋ ਉਹ ਝੋਟੀ ਕਿੱਥੇ ਤੇ ਉਹਦਾ ਫਰਕ ਬਹੁਤ ਜ਼ਿਆਦਾ ਸੀ ਕਿਉਂਕਿ ਉਹਦਾ ਕੱਦ ਜ਼ਿਆਦਾ ਹਾਈਟ ਵਾਲਾ ਦੀ ਬੰਦ ਹੋ ਜੀ ਇਹ ਤਾਜ਼ੀ ਸੂਈ ਹੋਈ ਆ ਉਹ ਗੱਬਣ ਸੀ ਉਹਦੇ ਪੁੱਛਦੇ ਆ ਵੀ ਦਿਨ ਕਿੰਨੇ ਕੁ ਰਹਿੰਦੇ ਨੇ ਕਰੋ ਚੈੱਕ ਇਹ ਝੋਟੀ ਦੇ ਕਿੰਨੇ ਦਿਨ ਰਹਿੰਦੇ ਨੇ ਜੀ ਸੂਣ ਦੇ 12-13 ਦਿਨ ਪੈਣੇ 12-13 ਦਿਨਾਂ ਦੀ ਕੱਚੀ ਆ ਜਿਹੜੀ ਵੱਡੀ ਝੋਟੀ ਦਿਖਾਈ ਸੀ ਤੁਹਾਨੂੰ ਦੂਜੇ ਸੂਏ ਸੂਣਾ ਝੋਟੀ ਚੰਗੀ ਹੈ ਜੋ ਭਰਾ ਲੈਣ ਦੇ ਚ ਕੋਈ ਬਾਈਆਂ ਨਾਲ ਗੱਲਬਾਤ ਜ਼ਰੂਰ ਕਰ ਲਿਓ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਹੋ ਗਏ ਜੀ 12 ਦਿਨ ਹੋ ਗਏ 12 ਬੱਚਾ ਕੀ ਹੈ ਮਗਰ ਕੱਟੀ ਕੱਟਾ ਹੈ ਕੱਟਾ ਦੁੱਧ ਕਿੰਨਾ ਜੀ ਹੁਣ ਇਹਦਾ 10 ਕਿਲੋ ਦੁੱਧ ਆ ਜੀ ਕਿੰਨਾ ਕਰ ਜੀ ਦੁੱਧ ਇਹ 1-2 ਕਿਲੋ ਹੋਣ ਵਾਜੂ ਜਾਨ ਕੇ 11-12 ਕਿਲੋ ਫਰੂਟ ਹੈ ਕੀ ਰੇਟ ਕਰਤਾ ਜੀ ਦਾ ਇਹਦਾ 1-10 ਕਰਦੇ ਇਹਦਾ 1-10 ਇਹ ਕਿਸ ਤਰ੍ਹਾਂ ਕਸਟਣ ਦੀ ਜਾ ਕੇ ਜੀ ਇਹ ਦਿਆਂਗੇ 95000 ਦੇ 95000 ਨੰਬਰ ਦੁਬਾਰੇ ਬੋਲ 9145-2785 ਠੀਕ ਹੈ ਚੱਲ ਇਹ ਵੀ ਮੈਂ ਸੂਈ ਚੰਗੀ ਆ ਨਾ ਇੱਕ ਸੂਈ ਹੋਈ ਆ ਤੇ ਇੱਕ ਸੂਣ ਵਾਲੀ ਆ ਜਿਹੜੀ ਸੂਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਬਾਈ ਨੇ ਪੂਰਾ 2 ਲੱਖ ਰੁਪਇਆ ਮੰਗਿਆ
ਝੋਟੀ ਚੰਗੇ ਪਿਓਰ ਮੂਰਾ ਨਸਲ ਦੇ ਵਿੱਚ ਪੈਂਦੀ ਹੈ। ਦੂਜਾ ਸੂ ਕਹਿੰਦੇ 18-20 ਲੀਟਰ ਤੱਕ ਦੁੱਧ ਦੇ ਸਕਦੀ ਹੈ। ਬਾਕੀ ਜੋ ਵੀ ਭਰਾ ਲੈਣ ਦੇ ਕੋਈ ਬਾਈਆਂ ਨਾਲ ਗੱਲਬਾਤ ਜ਼ਰੂਰ ਕਰ ਲਿਓ। ਲੈ ਵੀ ਦੂਜੇ ਸੂਏ ਤੁਹਾਨੂੰ ਝੋਟੀ ਦਿਖਾਉਣਾ। ਝੋਟੀ ਦੇਖੋ ਪਿੱਠ ਪੁੜੇ ਦੀ ਗੋਲਾ ਜਮਾਂ ਚੌੜੀ ਹੈ। ਬਾਕੀ ਅੰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਤਾਜ਼ੀ ਸੂਈ ਹੋਈ ਹੈ। ਬਾਕੀ ਗੱਲਬਾਤ ਕਰਦੇ ਹਾਂ ਬਾਈ ਨਾਲ, ਸਨੈਕੀ ਝੋਟੀ ਹੈ ਵੀ ਕੀ ਰੇਟ ਕਰੂ, ਕਿੰਨਾ ਦੁੱਧ ਕਰੂ। ਤਾਜ਼ੀ ਸੂਈ ਹੋਈ ਹੈ, ਬੰਦ ਹੋ ਜੀ, ਦੇਖੋ ਉੱਤੋਂ ਬੜੀ ਸਨੱਖੀ ਹੈ। ਪਿੱਠ ਪੁੜੇ ਦੀ ਚੌੜੀ ਹੈ ਜਾਂ ਮੈਨ ਗੋਲ ਮਟੋਲ, ਅੱਡਰ ਕਬਾਡੀ ਤੁਸੀਂ ਦੇਖ ਸਕਦੇ ਹੋ। ਬਾਕੀ ਬਾਈ ਨਾਲ ਕਰਦੇ ਹਾਂ ਗੱਲ ਆਪਾਂ। ਕੀ ਨਾਂ ਜੀ ਆਪਣਾ? ਰਵੀਰ ਰਾਮਾ। ਕਿੱਥੋਂ ਆਏ ਹੋ ਜੀ? ਤੁੰਗ ਵਾਲੀ। ਹੈ ਜੀ ਤੁੰਗ ਵਾਲੀ ਬਾਈ, ਤੁੰਗ ਵਾਲੀ ਜਿੱਥੇ ਬੱਕਰੀ ਮੰਡੀ ਲੱਗਦੀ। ਅਤੇ ਮੋਬਾਈਲ ਨੰਬਰ ਜੀ ਆਪਣਾ? 6284-4946। ਜਿਹੜੀ ਝੋਟੀ ਦਿਖਾਈ ਹੈ ਜੀ, ਇਹ ਕਿਹੜਾ ਸੂਆ? ਦੂਜਾ ਬਾਈ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ 7 ਦਿਨ ਹੋ ਗਏ। ਠੀਕ ਹੈ, ਬੱਚਾ ਕੀ ਹੈ ਜੀ? ਬੱਚੇ ਕੱਟੀ ਆ ਮਗਰ ਬਾਈ। ਦੁੱਧ ਕਿੰਨਾ ਜੀ ਮੌਕੇ ਦਾ? ਦੁੱਧ ਹੁਣ ਮੌਕੇ 'ਤੇ 12 ਕਿਲੋ ਤਿਆਰ ਆ ਬਾਈ। 12 ਕਿਲੋ ਤਿਆਰ ਹੈਗਾ? ਝੂਠ ਮਾਰਨ ਨੂੰ 15 ਮਾਰਤੀ ਉਹਦਾ ਕੀਤਾ। ਕਿੰਨਾ ਕਰ ਜੂਈ ਦੁੱਧ? ਕਿੰਨਾ ਦੁੱਧ ਦੇ ਦੂ? ਦੁੱਧ 15 ਕਿਲੋ ਦਊਗਾ। ਠੀਕ ਹੈ, ਇਹ ਕਰਦੀ ਆਪਣੇ ਕੋਲ? ਨਹੀਂ, ਖਰੀਦੀ ਹੋਈ ਹੈ। ਠੀਕ ਹੈ, 15 ਕਿਲੋ ਦੁੱਧ ਦੇ ਦੂਗਾ। ਕੀ ਰੇਟ ਕਰਤਾ ਜੀ ਇਹਦਾ? ਇਹਦਾ 1-20 ਆ ਬਾਈ। ਕੋਈ ਦੇਣ ਲੈਣ ਦੀ ਸਭਾਵ ਨਾ? ਦੇਣ ਲੈਣ ਦੀ ਬਸ ਲੱਖ ਤੋਂ ਬਾਹਰ ਦੇ ਦਾਂਗੇ ਜੀ। ਜੀ ਠੀਕ ਹੈ, ਅੰਦਰ ਨਹੀਂ ਦਿੰਦੇ ਨਾ? ਤਾਂ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ। ਬਾਈ ਕਹਿੰਦਾ ਵੀ ਹੁਣ ਚੰਗਾ ਦੁੱਧ ਤਾਂ 15 ਕਿਲੋ ਦੁੱਧ ਆਰਾਮ ਨਾਲ ਦਿਓ, 12 ਕਿਲੋ ਦੁੱਧ ਮੌਕੇ ਦਾ ਹਫ਼ਤੇ ਦੀ ਸੂਈ ਹੋਈ ਹੈ। ਜੋ ਵੀ ਭਰਾ ਲੈਣ ਦਾ ਚੁੱਕੋ ਉਹ ਬਾਈ ਨਾਲ ਗੱਲਬਾਤ ਜ਼ਰੂਰ ਕਰੋ। ਕਰਾਉਂਦੀ ਆ ਯਾਰ, ਜਿੱਦਾਂ ਦੀ ਹੈਗੀ ਤੁਹਾਨੂੰ ਉੱਦਾਂ ਦੀ ਦਿਖਾਵਾਂਗੇ। ਝੋਟੀ ਕੋਈ ਅਸੀਂ ਤੋੜਦੀ ਆਰ ਸ਼ਿੰਗਾਰ ਨਹੀਂ ਲੱਗਿਆ। ਕਿਹੜਾ ਸੂਆ ਜਿਹਦਾ? ਤੀਜਾ ਸੂਆ ਲੈ ਵੀ ਥੋੜੇ ਦਿਨਾਂ ਦੀ ਸੂਈ ਹੋਈ ਆ, ਤੁਸੀਂ ਦੇਖ ਸਕਦੇ ਹੋ। ਬਾਈਆਂ ਨੇ ਹਜੇ ਨਮਾਈ ਵੀ ਨਹੀਂ। ਝੋਟੀ ਚੰਗੀ ਹੈ, ਬੱਚੇ ਦਾ ਹੇਜ ਕਰਦੀ ਆ, ਸਿੰਗਾਂ ਸੁੰਗਾਂ ਦੀ ਬੜੀ ਸੋਹਣੀ ਹੈ। ਪਿੱਠ ਪੁੜੇ ਦੀ ਚੌੜੀ ਹੈ, ਉੱਚੀ ਵੀ ਆ ਅਤੇ ਸਨੱਖੀ ਆ ਥਾਂ ਤੁਹਾਨੂੰ ਡੇਵਾ ਤੁਸੀਂ ਦੇਖ ਸਕਦੇ ਹੋ। ਪਤਲੀ ਚਮੜੀ ਦੀ ਆ, ਹਜੇ ਵੀਰਾਂ ਨੇ ਨਮਾਈ ਵੀ ਨਹੀਂ। ਗੱਲਬਾਤ ਆਪਾਂ ਸਾਰੀ ਕਰਦੇ ਹਾਂ। ਕੀ ਨਾਂ ਜੀ ਆਪਣਾ? ਮੇਰਾ ਨਾਮ ਪ੍ਰੇਮ ਕੁਮਾਰ ਹੈ। ਕਿੱਥੋਂ ਆਏ ਹੋ ਜੀ? ਮੰਡੀ ਅਹਿਮਦਗੜ੍ਹ ਸੇ। ਅਹਿਮਦਗੜ੍ਹ ਤੋਂ? ਠੀਕ ਹੈ, ਮੋਬਾਈਲ ਨੰਬਰ ਆਪਣਾ? 99154-7015। ਜਿਹੜੀ ਝੋਟੀ ਦਿਖਾਈ ਜਿਹੜਾ ਕਿਹੜਾ ਸੂਆ ਜੀ? ਇਸਕਾ ਤੀਸਰਾ। ਤੀਜਾ ਸੂਆ, ਕਿੰਨੇ ਦਿਨ ਹੋ ਗਏ ਸੂਈ ਨੂੰ? ਇਹ 5-6 ਦਿਨ ਹੋ ਗਏ। ਦੁੱਧ ਕਿੰਨਾ ਜੀ ਮੌਕੇ ਦਾ? ਦੁੱਧ ਤਾਂ ਵੀ 12 ਲੀਟਰ ਹੈਗਾ ਮੌਕੇ ਦਾ। 7 ਦਿਨਾਂ ਦੀ ਸੂਈ ਤੁਹਾਨੂੰ? ਕਿੰਨਾ ਦੁੱਧ ਕਰ ਜੂ ਪੂਰਾ? 17-18 ਦਿਨ ਦਿੱਤੀ ਹੈ। ਕੀ ਰੇਟ ਕਰਤਾ ਜੀ ਇਹਦਾ? ਇਸਕਾ 31। ਕੋਈ ਦੇਣ ਲੈਣ ਦੀ ਸਲਾਹ? 31 31 ਕੀ ਦੇਣੀ ਹੈ? ਥੋੜਾ ਮੋਟਾ ਕੰਮ ਕਰਾਂਗੇ। ਮੌਕੇ ਤੇ ਮਾਨਤਾਨ ਹੋ ਜੀ? ਨਾ, ਹਮਨੇ 140 ਕੀ ਲਈ ਹੋਈ। ਅੱਛਾ, ਬੱਚਾ ਕੀ ਹੈ? ਬੱਚੇ ਕੱਟੀ ਹੈ? ਕੱਟੀ ਵੀ ਟੀਕੇ ਦੀ ਹੈ ਜੀ। ਕੱਟੀ ਟੀਕੇ ਦੀ ਹੈ, ਚੰਗਾ। ਬਾਈ ਕਹਿੰਦਾ ਵੀ 1-30 ਤੋਂ ਘੱਟ ਤਾਂ ਦੇਣੀ ਨਹੀਂ ਕੁਛ ਹੋ, ਜੇ ਤੁਸੀਂ ਦੇਖ ਸਕਦੇ ਹੋ। ਬਾਕੀ 12 ਕਿਲੋ ਦੁੱਧ ਹੈ ਮੌਕੇ ਦਾ? ਠੀਕ ਹੈ, 12 ਕਿਲੋ ਦੁੱਧ ਮੌਕੇ ਦਾ, ਥੋੜੇ ਦਿਨਾਂ ਦੀ ਸੂਈ ਹੋਈ ਆ। ਜੋ ਵੀ ਭਰਾ ਲੈਣ ਦਾ ਇੱਛੁਕ ਹੋਵੇ ਉਹ ਗੱਲਬਾਤ ਜ਼ਰੂਰ ਕਰ ਲਿਓ। ਹਜੇ ਆ ਕੇ ਨਮਾਈ ਵੀ ਨਹੀਂ। ਅਹਿਮਦਗੜ੍ਹ ਮੰਡੀ ਤੋਂ ਆਏ ਨੇ ਜੀ, ਕ੍ਰਿਸ਼ਨਾ ਮੰਦਿਰ ਸੇ। ਲੈ ਵੀ ਮਿੱਤਰੋ, ਤੁਹਾਨੂੰ ਝੋਟੀ ਦਿਖਾਉਣੇ ਆ। ਝੋਟੀ ਦੇਖੋ ਤੁਸੀਂ, ਸਿੰਘਾਂ ਦੀ ਜ਼ਰੂਰ ਖੋਲੀ ਆ, ਪਰ ਪਿੱਠ ਪੁੜੇ ਦੀ ਚੰਗੀ ਆ ਥਾਂ। ਤੁਹਾਨੂੰ ਲੇਬ ਆਰਡਰ ਕਵਾ ਕੇ ਬਹੁਤ ਸੋਹਣੀ ਬਣਾ ਰੱਖੀ ਆ ਝੋਟੀ ਨੇ। ਦੇ ਸਕਦੇ ਹੋ? ਮੈਂ ਹੂਗੀ ਪੁੱਛਦੇ ਵੀ ਬਾਈ ਨੂੰ ਕਹਿਮਾ ਸੂਆ ਕਿੰਨਾ ਕੁ ਦੁੱਧ ਆ, ਕੀ ਰੇਟ ਕਰੂਗਾ, ਸਾਰੀ ਗੱਲਬਾਤ ਕਰਾਂਗੇ ਆਪਾਂ। ਤੁਸੀਂ ਗੌਰ ਨਾਲ ਚੈੱਕ ਕਰੋ ਲਾਈਨ ਵਾਲੀ ਆ, ਰੇਟ ਦੇ ਵਿੱਚ ਹੋਊਗੀ। ਦੇਖੋ ਤੁਸੀਂ ਸਾਰੀ ਆ ਜਾ ਦੇਖੋ, ਗੱਬਣਾ ਬਾਈ ਇਹ ਕਿਹੜਾ ਸੂਆ? ਸੂਗੀ ਹੁਣ ਇਹ ਚੌਥੇ ਦੇ ਸੂ? ਚੌਥੇ ਬੰਦੇ ਕੋਈ ਗੱਲ ਨਹੀਂ ਕਰਦੇ। ਮੈਂ ਵੀ ਚੌਥੇ ਸੂਏ ਸੁਣਾ, ਗੱਬਣਾ ਹੈ। ਬਾਈ ਤੋਂ ਪੁੱਛਦੇ ਹਾਂ ਵੀ ਕੀ ਇਹਦਾ ਹਿਸਾਬ ਕਿਤਾਬ ਆ, ਕੀ ਦੁੱਧ ਕਪੈਸਿਟੀ ਦੀ। ਚਮੜੀ ਪਤਲੀ ਹੈ, ਦੁੱਧ ਵਾਲੀ ਝੋਟੀ ਹੈ। ਮਾਝਾ ਤੁਸੀਂ ਦੇਖ ਸਕਦੇ ਹੋ, ਚੌਥੇ ਸੂਏ 'ਚ ਮੱਝਾਂ 'ਚ ਪੈਣ ਲੱਗ ਜਾਂਦੀ ਹੈ, ਪਰ ਦੁੱਧ ਵਾਲੀ ਲੱਗਦੀ ਹੈ। ਅੱਡਰ ਕੁਆਲਿਟੀ ਸ਼ਾਨਦਾਰ ਬਣੀ ਹੋਈ ਹੈ। ਲੇਵਾ ਲੂਵਾ ਬਹੁਤ ਸੋਹਣਾ ਥਣ ਸੁਨੱਖੇ ਨੇ, ਮੂਠੀ ਵਾਲੇ ਥਣ ਨੇ। ਆ ਜਾ ਬਾਈ ਬੰਨਿਆ, ਇਹਨਾਂ ਤਾਂ ਬੰਨਿਆ ਕੋਈ ਗੱਲ ਨਹੀਂ, ਫੜ ਕੇ ਖੜੂੰਗੇ ਯਾਰ। ਠੀਕ ਹੈ, ਕੀ ਨਾਂ ਆ ਬਾਈ ਆਪਣਾ? ਸਤਨਾਮ ਸਿੰਘ ਬਾਈ। ਕਿੱਥੋਂ ਆਏ ਹੋ ਬਾਈ? ਬਰਨਾਲੇ ਤੋਂ। ਮੋਬਾਈਲ ਨੰਬਰ ਆਪਣਾ? 9469-4597-1597। ਜਿਹੜੀ ਆ ਬਾਈ ਆਪਾਂ ਮੈਂ ਦਿਖਾਈਏ ਚੌਥੇ ਸੂਏ? ਹਾਂਜੀ। ਕਿੰਨਾ ਚਿਰ ਹੈਗਾ ਬਾਈ ਇਹਦਾ? ਇਹਦੇ ਜੀ 10 ਦਿਨ। ਵਪਾਰ ਦੀ ਹੈ? ਨਹੀਂ, ਕਰੂ ਲੂੰਗਾ ਜੀ, ਕਰੂੰਗਾ। ਕਿੰਨਾ ਦੁੱਧ ਜੀ ਬਾਈ ਤੀਜੇ ਸੂਏ ਦਾ? ਇਹ ਤਾਂ ਵੀਰੇ 15 ਕਿਲੋ। ਇਹ ਕੀ ਦੁੱਧ ਕਪੈਸਿਟੀ ਕਿੰਨੀ ਹੈ? ਇਹਦੀ ਪਹਿਲਾਂ ਨਾਲੋਂ ਰਾਜੀ ਆ, ਜ਼ਿਆਦਾ ਦਿਓ। ਜਾਣੀ ਕਿ ਹੈਗੀ ਉਹ ਦੂਜਾ ਦੇ ਦੀ? 17 ਕਿਲੋ ਦੁੱਧ। ਠੀਕ ਹੈ, ਕੀ ਰੇਟ ਕਰਤਾ ਬਾਈ ਇਹਦਾ? 1,20,000 ਰੁਪਏ। 1,20,000? ਕੋਈ ਦੇਣ ਲੈਣ ਵਾਲੀ ਸੁਭਾਅ ਹੋਣਾ? ਬਸ ਮਾਨਤਾਨ ਕਰ ਦਿਆਂਗੇ। ਮਾਨਤਾਨ ਕਰ ਦਾਂਗੇ ਬਾਈ ਕਹਿੰਦਾ ਵੀ ਮਾਨਤਾਨ ਕਰ ਦਾਂਗੇ। ਤਾਂ ਚੌਥੇ ਸੂਏ ਕਿੰਨੇ ਦਿਨ ਰਹਿ ਗਏ ਸੁਣਦੇ? 10 ਦਿਨ ਸੁਣਦੇ ਰਹਿ ਗਏ। ਬਾਈ ਕਹਿੰਦਾ ਵੀ ਤੀਜੇ ਸੂਏ 15 ਕਿਲੋ ਸੀ, ਤਾਂ ਇੱਥੇ 17-18 ਕਿਲੋ ਦੇਣ ਦੀ ਸੰਭਾਵਨਾ ਹੈਗੀ ਆ, ਤਾਂ ਤੁਸੀਂ ਦੇਖ ਸਕਦੇ ਹੋ। ਬਾਕੀ ਤੁਹਾਨੂੰ ਪਤਾ ਹੁਣ ਦੇਖਣ ਵਾਲੇ ਭਰਾਵਾਂ ਨੂੰ ਚੰਗੀ ਹੈ, ਕਿਉਂਕਿ ਚਮੜੀ ਪਤਲੀ ਹੈ, ਦੁੱਧ ਵਾਲੀ ਮੈਂ ਹੈਗੀ। ਜੋ ਵੀ ਭਰਾ ਲੈਣ ਦਾ ਚੁੱਕੋ ਆ, ਬਾਈਆਂ ਨਾਲ ਕਨੈਕਟ ਜ਼ਰੂਰ ਕਰ ਲਿਓ। ਲੈ ਵੀ ਮਿੱਤਰੋ, ਤੁਹਾਨੂੰ ਝੋਟੀ ਦਿਖਾਉਣੇ ਆ। ਇੱਕ ਝੋਟੀ ਤੀਜਾ ਸੂਆ, ਇਹ ਤੀਜਾ ਸੂਆ ਮਗਰ ਬੱਚਾ ਬੁਰਾ ਹੈ।
ਕੱਟਾ ਗਾ ਥੋੜੇ ਦਿਨਾਂ ਦੀ ਸੂਈ ਹੋਈ ਹੈ ਤਾਜ਼ੀ ਸੂਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਅੰਡਰ ਕੁਆਲਿਟੀ ਬਹੁਤ ਵਧੀਆ ਲੱਗੀ ਹੋਈ ਹੈ ਥਾਂ ਥਾਂ ਬਹੁਤ ਸੋਹਣੇ ਨੇ ਘਰ ਦੀ ਝੋਟੀ ਹੈ ਬਾਕੀ ਡਿਟੇਲ ਇਹਦੀ ਲੈ ਕੇ ਦੇਵਾਂਗੇ ਦੇਖੋ ਲੈ ਕਰ ਲਓ ਚੈੱਕ ਝੋਟੀ ਸੁਨੱਖੀ ਆ ਇਹ ਲੈਣ ਵਾਲੀ ਹੈ ਜੋ ਵੀ ਭਰਾ ਲੈਣ ਦਾ ਇੱਛੁਕ ਹੋਇਆ ਬਾਈਆਂ ਨਾਲ ਕਨੈਕਟ ਜ਼ਰੂਰ ਕਰ ਲਿਓ ਸਾਰੀ ਆਪਾਂ ਡਿਟੇਲ ਵੀਰਾਂ ਤੋਂ ਲੈ ਕੇ ਦੇਵਾਂਗੇ ਘਰ ਦੀ ਹੈ ਦੇਖੋ ਜਗਾੜ ਵੀ ਦੇਸੀ ਲਾਇਆ ਹੋਇਆ ਕੱਟਰੂ ਦੇ ਮੂੰਹ ਤੇ ਸਿੱਕਲੀ ਦਾ ਬਣਾ ਕੇ ਅੰਡਰ ਕੁਆਲਿਟੀ ਸ਼ਾਨਦਾਰ ਆ ਬਾਕੀ ਰੇਟ ਰੂਟ ਬਾਰੇ ਕਰਦੇ ਆ ਗੱਲ ਵੀ ਕੀ ਕਹੂੰ ਪਰ ਅੰਡਰ ਕੁਆਲਿਟੀ ਥਾਂ ਥੋਂ ਦੇ ਕੀ ਨਾਮ ਬਾਈ ਆਪਣਾ ਗੁਰਵਿੰਦਰ ਵੀਰੇ ਕਿੱਥੋਂ ਆਏ ਹੋ ਬਾਈ ਕਿਲਾ ਬਰੀਆਂ ਤੋਂ ਮੋਬਾਈਲ ਨੰਬਰ ਆਪਣਾ 9875700663 ਜਿਹੜੀ ਵੀਰੇ ਝੋਟੀ ਦਿਖਾਈ ਇਹ ਆਪਣੇ ਘਰ ਦੀ ਆ ਹਾਂ ਘਰ ਦੀ ਆ ਕਿਹੜਾ ਸੂਆ ਸੂਈ ਆ ਤੀਜੇ ਬਾਈ ਤੀਜੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਪਰਸੋਂ ਸੂਈ ਆ ਪਰਸੋਂ ਦੁੱਧ ਕਿੰਨਾ ਹੋਇਆ ਦੁੱਧ ਹੁਣ 10 ਕਿਲੋ ਤਿਆਰ ਆ ਬਾਈ ਮੌਕੇ ਦਾ ਮੌਕੇ ਦੇ ਕਿੰਨਾ ਕਰ ਜੂ ਬਾਈ ਦੁੱਧ 13 ਕਿਲੋ 13 ਕਿਲੋ ਦੇ ਦੂੰਗਾ ਹਾਂ 12 ਤਾਂ ਨਹੀਂ ਪੱਕਾ ਜੀ ਨਾ 13 ਦਿੰਦੀ ਆ ਬਾਈ 13 ਦਿੰਦੀ ਹਾਂ ਠੀਕ ਆ ਕੀ ਰੇਟ ਕਰਤਾ ਬਾਈ ਇਹਦਾ ਮੁੱਲ ਤਾਂ 1.5 ਮੰਗਦੇ ਆ ਦੇਣ ਲੈਣ ਵਾਲੀ ਵੀ ਲਾਸਟ ਤੱਕ ਆਪਾਂ ਛੱਡਾਂਗੇ ਇੱਥੇ ਤੱਕ ਇਸ ਤੋਂ ਬਾਅਦ ਘੱਟ ਦਿੰਦੇ 95 ਹੀ ਦੇਣਾ 95 ਹੀ ਦੇਣੀ ਹਾਂ ਠੀਕ ਹੈ ਨੰਬਰ ਦੁਬਾਰਾ 9875700663 ਠੀਕ ਹੈ ਸੋ ਭਰਾ ਨੇ ਦੱਸਤਾ ਕਹਿੰਦਾ ਵੀ ਲਾਸਟ ਖਿੱਚ ਕੇ ਆਪਾਂ ਇਹਨੇ ਦੀ ਦੇਣੀ ਹੈ ਚੰਗੀ ਹੈ ਥੱਲੇ ਕੱਟਾ ਹੈ ਨਾ ਪੂਰਾ ਹਾਂ ਕੱਟਾ ਪੂਰਾ ਕੱਟਾ ਅੰਡਰ ਕੁਆਲਿਟੀ ਥਾਣਾ ਥੋੜਾ ਦੀ ਕਿਵੇਂ ਹੈ ਓਕੇ ਬਾਈ ਜਮਾ ਸਾਫ ਹੈ ਹਾਂ ਤਾਰ ਤੂਰ ਵਧੀਆ ਜਮਾ ਪੋਲੀ ਪਾਸ ਕਰਕੇ ਅਗਲਾ ਠੀਕ ਤਾਂ ਧਨੌਲੇ ਮੰਡੀ ਤੇ ਬਾਈ ਲੈ ਕੇ ਆਇਆ ਜੋ ਵੀ ਭਰਾ ਲੈਣ ਦਾ ਇੱਛੁਕ ਹੋਇਆ ਬਾਈ ਨੇ ਗੱਲਬਾਤ ਜ਼ਰੂਰ ਕਰ ਲਿਓ ਤੀਜੇ ਸੂਏ ਮੈਂ ਚੰਗੀ ਹੈ ਬੱਚਾ ਬੂਰਾ ਮਗਰ ਸ਼ਾਨਦਾਰ ਆ ਤੇ ਅੰਡਰ ਕੁਆਲਿਟੀ ਤੇ ਥਾਣਾ ਥੋੜਾ ਦਾ ਸਾਹਿਬ ਬਹੁਤ ਸ਼ਾਨਦਾਰ ਆ ਜੋ ਵੀ ਭਰਾ ਲੈਣ ਦਾ ਇੱਛੁਕ ਹੋਇਆ ਗੱਲਬਾਤ ਜ਼ਰੂਰ ਹਾਂਜੀ ਦੋਸਤੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਦੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਨਵੇਂ ਆ ਸਬਸਕ੍ਰਾਈਬ ਕਰ ਦਿਓ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਓਕੇ ਬਾਏ ਬਾਏ।